ਸਸਿਕਾ ਸਾਰਿਆਂ ਨੂੰ ਮੈਂ ਸੁਖਪਾਲ ਸਿੰਘ ਵੈਟਰਨ ਡਾਕਟਰ ਬਾਬਾ ਫਰੀਦ ਆਈ ਟੀ ਕਸ਼ਮੀਰ ਅੱਜ ਆਪਾਂ ਗੱਲ ਕਰਦੇ ਹਾਂ ਜੀ ਬੈਂਡਿੰਗ ਦੇ ਇੱਕ ਮੇਨ ਟੌਪਿਕ ਤੇ ਅੱਜ ਦਾ ਆਪਣਾ ਟੌਪਿਕ ਹੈਗਾ ਇੰਪੋਰਟੈਂਸ ਆਫ ਬੈਂਡਿੰਗ ਇਨ ਇੰਡਸਟਰੀ ਆਪਾਂ ਅੱਜ ਗੱਲ ਕਰਾਂਗੇ ਬੈਂਡਿੰਗ ਬਾਰੇ ਕਿਸ ਦੀ ਇੰਡਸਟਰੀ ਦੇ ਵਿੱਚ ਕੀ ਮਹੱਤਤਾ ਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਬੈਂਡਿੰਗ ਦੀ ਕਿ ਬੈਂਡਿੰਗ ਕੀ ਹੁੰਦੀ ਹੈ ਜੀ ਬੈਂਡਿੰਗ ਇੱਕ ਹੋਰ ਤਕਨੀਕ ਆ ਗਈ ਜਿਸ ਦੇ ਵਿੱਚ ਧਾਤ ਦੇ ਦੋ ਟੁਕੜਿਆਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ ਇਹ ਦੋ ਤਰੀਕਿਆਂ ਨਾਲ ਜੋੜਿਆ ਜਾਂਦਾ ਹੈਗਾ ਇੱਕ ਪ੍ਰੈਸ਼ਰ ਦੇ ਥਰੂ ਇੱਕ ਨੋਨ ਪ੍ਰੈਸ਼ਰ ਦੇ ਥਰੂ ਠੀਕ ਹੈ ਜੀ ਜਿਵੇਂ ਕਿ ਆਪਾਂ ਦੇਖੀਏ ਕਿ ਦੋ ਪੀਸ ਲਈ ਆਪਾਂ ਮਟੀਰੀਅਲ ਦੇ ਉਹਨਾਂ ਨੂੰ ਆਪਸ ਦੇ ਵਿੱਚ ਜਦੋਂ ਜੋੜਿਆ ਜਾਂਦਾ ਹੈਗਾ ਬੈਂਡਿੰਗ ਦੇ ਨਾਲ ਠੀਕ ਹੈ ਉਸਨੂੰ ਬੈਂਡਿੰਗ ਕਹਿੰਦੇ ਆ ਬੈਂਡਿੰਗ ਦੇ ਦੁਆਰਾ ਲਗਾਇਆ ਗਿਆ ਜੋੜ ਹੈ ਜਿਹੜਾ ਇਹ ਪਰਮਾਨੈਂਟ ਜੋੜ ਹੁੰਦਾ ਹੈਗਾ ਠੀਕ ਹੈ ਜੀ ਸਾਡੇ ਨਾਲ ਟੁੱਟਣ ਵਾਲਾ ਜੋੜ ਹੁੰਦਾ ਜਿਹੜਾ ਆਪਾਂ ਬੈਂਡਿੰਗ ਕਰਦੇ ਹਾਂ ਠੀਕ ਹੈ ਆਪਾਂ ਗੱਲ ਕਰਦੇ ਹਾਂ ਕਿ ਇਸ ਦੇ ਪ੍ਰਕਾਰ ਦੀ ਬੈਂਡਿੰਗ ਜਿਹੜੀ ਆਪਾਂ ਕਰਦੇ ਹਾਂ ਉਹ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਿ ਪ੍ਰੈਸ਼ਰ ਬੈਂਡਿੰਗ ਇੱਕ ਹੁੰਦੀ ਹੈ ਨੋਨ ਪ੍ਰੈਸ਼ਰ ਪ੍ਰੈਸ਼ਰ ਕਿਹੜੀ ਹੁੰਦੀ ਹੈ ਕਿ ਜਿਹਦੇ ਵਿੱਚ ਦੋ ਧਾਤ ਦੇ ਟੁਕੜਿਆਂ ਨੂੰ ਜਿੱਦਾਂ ਆਪਾਂ ਦੇਖੀਏ ਕਿ ਧਾਤ ਦੇ ਦੋ ਟੁਕੜਿਆਂ ਨੂੰ ਕਿਸੇ ਪ੍ਰੈਸ਼ਰ ਦੇ ਦੁਆਰਾ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ ਠੀਕ ਹੈ ਜੀ ਜਿੱਦਾਂ ਆਪਾਂ ਦੇਖੀਏ ਫੋਰਸ ਬੈਂਡਿੰਗ ਪਹਿਲਾਂ ਕੀਤਾ ਸੀਗਾ ਭੱਠੀ ਦੇ ਵਿੱਚ ਦੋ ਧਾਤ ਦੇ ਟੁਕੜਿਆਂ ਨੂੰ ਗਰਮ ਕੀਤਾ ਜਾਂਦਾ ਸੀ ਅਤੇ ਉਸਨੂੰ ਪ੍ਰੈਸ਼ਰ ਦੇ ਨਾਲ ਆਪਸ ਦੇ ਵਿੱਚ ਜੋੜਿਆ ਜਾਂਦਾ ਸੀਗਾ ਠੀਕ ਹੈ ਦੂਸਰਾ ਤਰੀਕਾ ਜਿਹੜਾ ਨੋਨ ਪ੍ਰੈਸ਼ਰ ਬੈਂਡਿੰਗ ਜਿਵੇਂ ਆਪਾਂ ਦੇਖਦੇ ਹਾਂ ਨੋਨ ਪ੍ਰੈਸ਼ਰ ਦੇ ਵਿੱਚ ਜਿਸ ਦੇ ਵਿੱਚ ਆਪਾਂ ਗੈਸ ਦੀ ਵਰਤੋਂ ਕਰਦੇ ਹਾਂ ਕਿ ਜਿੱਦਾਂ ਕਿ ਮਿੰਟ ਅਤੇ ਇੱਕ ਬੈਂਡਿੰਗ ਦੇ ਵਿੱਚ ਆਪਾਂ ਬੈਂਡਿੰਗ ਕਰਦੇ ਹੈਗੇ ਉਹ ਹੁੰਦੀ ਹੈ ਕਿ ਨੋਨ ਪ੍ਰੈਸ਼ਰ ਬੈਂਡਿੰਗ ਠੀਕ ਹੈ ਜੀ ਜਿਹੜੀ ਪ੍ਰੈਸ਼ਰ ਬੈਂਡਿੰਗ ਆ ਉਸ ਦੇ ਵਿੱਚ ਪਲੱਸ ਜਾਂ ਕੋਈ ਮਟੀਰੀਅਲ ਨਹੀਂ ਭਰਦਾ ਜਾਂਦਾ ਤਾਂ ਉਹਦੇ ਵਿੱਚ ਪ੍ਰੈਸ਼ਰ ਦੇ ਨਾਲ ਹੀ ਜੋੜਿਆ ਜਾਂਦਾ ਦੂਸਰੀ ਆਪਾਂ ਅਗਲੀ ਗੱਲ ਕਰੀਏ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਸਿਰਫ ਇਹ ਲੋਹਾਰਾਂ ਦੁਆਰਾ ਹੀ ਬੈਂਡਿੰਗ ਕੀਤੀ ਜਾਂਦੀ ਸੀ ਜਿੱਦਾਂ ਕਿ ਅਸੀਂ ਇੱਕ ਭੱਠੀ ਦੇ ਵਿੱਚ ਦੋ ਚੌਕ ਨੂੰ ਦੋ ਪਾਰਟਾਂ ਨੂੰ ਗਰਮ ਕਰਕੇ ਆਪਸ ਦੇ ਵਿੱਚ ਪ੍ਰੈਸ਼ਰ ਦੇ ਨਾਲ ਜੋੜਿਆ ਜਾਂਦਾ ਸੀਗਾ ਉਹ ਲੋਹਾਰਾਂ ਦੇ ਦੁਆਰਾ ਹੀ ਬੈਂਡਿੰਗ ਕੀਤੀ ਜਾਂਦੀ ਸੀਗੀ ਜਿੱਦਾਂ ਆਪਾਂ ਹੁਣ ਦਾ ਟਾਈਮ ਦੇਖੀਏ ਕਿ ਅੱਗੇ ਅੱਗੇ ਤਰੱਕੀ ਹੋਈ ਆ ਵੀ ਵੱਧਦੀ ਆਬਾਦੀ ਕਾਰਨ ਲੋੜਾਂ ਵਧੀਆ ਨੇ ਇਨਸਾਨ ਦੀਆਂ ਠੀਕ ਹੈ ਤਾਂ ਉਸੇ ਤਰ੍ਹਾਂ ਹੀ ਬੈਂਡਿੰਗ ਦੀ ਜਿਹੜੀ ਤਕਨੀਕ ਆ ਉਸਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਆਇਆ ਦੇਖੀ ਆਪਾਂ ਬੈਂਡਿੰਗ ਸੈਟਲਿੰਗ ਦੇ ਸਾਰਾ ਆਰਕ ਬੈਂਡਿੰਗ ਵਿਗ ਬੈਂਡਿੰਗ ਟਿਗ ਬੈਂਡਿੰਗ ਗੈਸ ਬੈਂਡਿੰਗ ਕਰ ਸਕਦੇ ਹਾਂ ਠੀਕ ਹੈ ਜੀ ਦੂਸਰੀ ਆਪਾਂ ਗੱਲ ਕਰਦੇ ਹਾਂ ਇਸ ਦੀ ਇੰਪੋਰਟੈਂਸ ਦੀ ਇਸ ਦੀ ਕੀ ਮਹੱਤਤਾ ਜੀ ਬੈਂਡਿੰਗ ਦੀ ਹੁਣ ਦੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਵੱਡੀ ਮਹੱਤਤਾ ਜੀ ਕਿਉਂਕਿ ਇਹੋ ਜਿਹਾ ਕੋਈ ਵੀ ਕੰਮ ਨਹੀਂ ਹੈਗਾ ਗਾ ਜਾਂ ਕਿਤੇ ਵੀ ਆਪਾਂ ਫੈਕਟਰੀਆਂ ਕਾਰਖਾਨੇ ਲੱਗਦੇ ਨੇ ਠੀਕ ਹੈ ਜਿਹੜਾ ਕਿ ਬੈਂਡਿੰਗ ਤੋਂ ਬਿਨਾਂ ਪੂਰਾ ਹੋ ਸਕਦਾ ਠੀਕ ਹੈ ਆਪਾਂ ਦੇਖੀਏ ਕਿ ਜਿਹੜੇ ਆਪਾਂ ਵਰਤੋਂ ਕਰਦੇ ਹਾਂ ਕਿ ਜਿੱਦਾਂ ਕਿ ਆਪਾਂ ਕਿਸਾਨ ਲਾ ਲਓ ਠੀਕ ਹੈ ਜੀ ਗੱਡੀਆਂ ਲਾ ਲਓ ਇਹ ਜਿਹੜਾ ਜਿੱਦਾਂ ਇਮਾਰਤ ਲਾ ਲਓ ਬਿਲਡਿੰਗ ਆ ਠੀਕ ਹੈ ਓਵਰਬ੍ਰਿਜ ਸਾਰਿਆਂ ਦੇ ਵਿੱਚ ਹੀ ਬੈਂਡਿੰਗ ਦੀ ਬਹੁਤ ਵੱਡੀ ਜ਼ਰੂਰਤ ਪੈਂਦੀ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਰੇਲਵੇ ਦੇ ਵਿੱਚ ਠੀਕ ਹੈ ਆਪਾਂ ਉਹਨਾਂ ਸਥਾਨਾਂ ਦੀ ਗੱਲ ਕਰਦੇ ਹਾਂ ਜਿੱਥੇ ਇਸਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਰੇਲਵੇ ਦੀ ਠੀਕ ਹੈ ਰੇਲਵੇ ਦੇ ਵਿੱਚ ਕੀ ਹੁੰਦਾ ਗਾ ਰੇਲਵੇ ਦੇ ਇੰਜਨ ਬਣਾਉਣ ਦੇ ਵਿੱਚ ਰੇਲ ਕੋਚ ਬਣਦੇ ਨੇ ਰੇਲਵੇ ਦੇ ਡੱਬੇ ਬਣਦੇ ਨੇ ਜਿੱਦਾਂ ਉਹ ਸਵਾਰੀਆਂ ਵਾਲੇ ਡੱਬੇ ਲਾ ਲਓ ਜਾਂ ਮਾਲਗੱਡੀਆਂ ਵਾਲੇ ਡੱਬੇ ਲਾ ਲਓ ਉਸ ਦੇ ਵਿੱਚ ਬੈਂਡਿੰਗ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜੀ ਮਿਗ ਬੈਂਡਿੰਗ ਦੇ ਦੁਆਰਾ ਜ਼ਿਆਦਾਤਰ ਰੇਲਵੇ ਦੇ ਜਿਹੜੇ ਪਾਰਟ ਬਣਦੇ ਨੇ ਕੋਚ ਬਣਦੇ ਨੇ ਉਹਨਾਂ ਨੂੰ ਮਿਗ ਬੈਂਡਿੰਗ ਦੇ ਦੁਆਰਾ ਜੋੜਿਆ ਜਾਂਦਾ ਹੈ ਠੀਕ ਹੈ ਜੀ ਨੰਬਰ ਦੂਜੇ 'ਤੇ ਆਪਾਂ ਗੱਲ ਕਰਦੇ ਹਾਂ ਕਿ ਜਹਾਜ਼ਾਂ ਦੇ ਨਿਰਮਾਣ ਲਈ ਜਿੱਦਾਂ ਆਪਾਂ ਗੱਲ ਕਰੀਏ ਕਿ ਜਹਾਜ਼ਾਂ ਦੇ ਨਿਰਮਾਣ ਦੇ ਲਈ ਵੀ ਇਸਦਾ ਬਹੁਤ ਵੱਡਾ ਰੋਲ ਹੈਗਾ ਬੈਂਡਿੰਗ ਤੋਂ ਬਿਨਾਂ ਆਪਾਂ ਦੇਖੀਏ ਕਿ ਸਮੁੰਦਰੀ ਜਹਾਜ਼ ਲਾ ਲਓ ਹਵਾਈ ਜਹਾਜ਼ ਲਾ ਲਓ ਉਹਨਾਂ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਨੰਬਰ 3 ਆਪਾਂ ਗੱਲ ਕਰਦੇ ਹਾਂ ਕਿ ਟਰੈਕਟਰ ਉਦਯੋਗ ਟਰੈਕਟਰ ਉਦਯੋਗ ਜਿੱਦਾਂ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਟਰੈਕਟਰ ਅਲੱਗ ਅਲੱਗ ਕੰਪਨੀ ਦੇ ਟਰੈਕਟਰ ਬਣਾਏ ਜਾਂਦੇ ਨੇ ਤਾਂ ਉੱਥੇ ਉਹਨਾਂ ਟਰੈਕਟਰਾਂ ਦੇ
तैयार करने के लिए वैल्यू की वरतों की जाती है। ठीक है जी, नंबर तीन से आप गल करते हैं कि खेतीबाड़ी के संदर्भ में। ठीक है, जिवें कि आप देखिए कि पंजाब के जिदा देखिए आप ज़्यादातर लोग किसानी नाल जुड़े हुए हैं, तो उन्होंने जोड़ा जमीन को बाने वास्ते, ठीक है जी, फसलों बनाने के लिए तैयार करने के लिए जो संद बनते हैं, उन्होंने संदा तैयार करने के लिए बैलिंग की वरतों की जाती है। ठीक है, नंबर चार की गल करते आप ट्रक उद्योग, जिदा कि आप देखिए कि ट्रक उन्होंने तैयार किया जाता ट्रकों उन्होंने रिपेयर की जाती है जी। ठीक है, उस भी वैल्डिंग की बहुत वही महत्ता है। नंबर पांच से आप गल करते हैं कागज उद्योग, जिदा कि आप देख सकते हैं कि ये गड़गांव अमृतसर उत्थे मारुति सुजुकी या अलग अलग कंपनी दी गड्डियां तैयार की जाती ने, तो उस भी जो कि वैल्डिंग का बहुत वड्डा रोल है, क्योंकि उसने अलग अलग पार्ट वास्ते जोड़न वास्ते वैल्डिंग की वरतों की जाती है। नंबर छे से आप गल करते हैं कि आर्डिनेंस फैक्ट्रियां, आर्डिनेंस हुंदा है कि हथियार, जिदा आप देखिए कि फौज के वरते जाने वाले जो तोपा होंगे ने टैंक होंगे ने, ठीक है, या कुछ भी ला लो आप देखिए कि जो हथियार रिलेटेड होंगे ने, ठीक है, राफला वगैरह जो तैयार किए जाते हैं, तो उस भी बैलिंग की वरतों की जाती है। ठीक है जी, नंबर सत्त से आप गल करते हैं कि भारी उद्योग, ठीक है जी, भारी उद्योग जिदा कि ज़्यादा हैवी मशीन जिदा कि लिफ्टिंग वाले मशीन या ट्रेन आदि तैयार करने वास्ते बैलिंग की वरतों की जाती है, क्योंकि ज़्यादा वेट वाली हैवी मशीन तैयार करने वास्ते बैलिंग की जरूरत होंगी है, क्योंकि उन्होंने आपस के जो पार्ट जोड़ना पड़ता तो बैलिंग तो बिना वो नहीं जुड़ सकते। ठीक है जी, नंबर आठ से आप गल करते हैं छोटे उद्योग, जिदा कि ला लीए आप देखिए आप मार्केट जाने आप, ठीक है, बैल्डिंग बैल्डर के द्वारा जो कि जिदा कि मिस्त्री होंगे ने शॉप के उत्ते बैल्डिंग शॉप के उत्ते बैल्डिंग करते हैं। ठीक है, छोटे उद्योग हो लो जिदा गेट ग्रिल ट्रालिया जा आदि तैयार किया जाता है, उन्होंने छोटे उद्योग कहते आप। ठीक है जी, उस भी बैल्डिंग की वरतों की जाती है। नंबर नौ से आप गल करते हैं कि रिपेयर के लिए निके मोटे उद्योग, ठीक है, जिदा आप गल करिए कि शॉप बने बैल्डिंग शॉप जिते कि टुटी हुई मशीनरी या टुटे हुए पार्टा की मरम्मत की जाती है, उन्होंने दोबारा वरतों के लिया वास्ते, ठीक है, वरतों के लिया वास्ते उन्होंने आपस के जोड़िया जाता रिपेयर किया जाता है, उस भी बैल्डिंग की बहुत वही महत्ता। अज का अपना जो टॉपिक अकॉर्डिंग ऑफ बैल्डिंग इंडस्ट्री आप गल की कि इसकी बैल्डिंग की अपने उद्योग खिते की महत्ता है। ठीक है जी, जिन्हें आप भी देखते हैं कि कारखाने फैक्ट्रिया आदि लगाए जाते हैं। ठीक है, तो एक देखिए आप रेलवे लाइन जिदा रेलवे लाइन जिम्मे अंडरब्रिज बनते हैं ओवरब्रिज बनते हैं, उस भी बैल्डिंग की वरतों की जाती है। ठीक है जी, ये अपना अज का टॉपिक, मैं उम्मीद करता कि अज का टॉपिक अपना तुम्हें वधिया लगा।